ਪੰਜਾਬੀ ਜਿੱਥੇ ਜਿੱਥੇ ਵੀ ਜਾਂਦੇ ਨੇ ਆਪਣੇ ਮੇਲਿਆਂ ਨੂੰ ਵੀ ਨਾਲ ਲੈ ਜਾਂਦੇ ਨੇ। ਵਿਦੇਸ਼ਾਂ ਵਿੱਚ ਜਿੱਥੇ ਤੀਆਂ ਦੇ ਮੇਲੇ ਮਸ਼ਹੂਰ ਨੇ, ਉੱਥੇ ਹੀ ਬੀਤੇ ਦਿਨੀ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਮੇਲਾ ਬੀਬੀਆਂ ਦਾ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਗਿਆ, ਜਿਸ ਵਿੱਚ ਖਾਸ ਕਰਕੇ ਬਜ਼ੁਰਗ ਬੀਬੀਆਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਪੇਸ਼ ਹੈ ਰਿਪੋਰਟ। ਕੈਨੇਡਾ ਵਿੱਚ ਵੱਖ ਵੱਖ ਧਰਮਾਂ ਨਸਲਾਂ ਦੇ ਲੋਕ ਰਹਿੰਦੇ ਹਨ ਅਤੇ ਆਪੋ ਆਪਣੇ ਰੀਤੀ ਰਿਵਾਜਾਂ ਅਨੁਸਾਰ ਤਿਉਹਾਰ ਵੀ ਮਨਾਉਂਦੇ ਨੇ। ਟੋਰਾਂਟੋ ਸ਼ਹਿਰ ਦੀ ਗੱਲ ਕਰੀਏ ਤਾਂ ਪੰਜਾਬੀਆਂ ਦੀ ਬਹੁਤਾਂਤ ਹੋਣ ਦੇ ਕਾਰਨ ਪੰਜਾਬੀ ਭਾਈਚਾਰੇ ਵੱਲੋਂ ਅਨੇਕਾਂ ਤਿਉਹਾਰ ਇੱਥੇ ਮਨਾਏ ਜਾਂਦੇ ਨੇ। ਹੁਣੇ ਹੁਣੇ ਤੀਆਂ ਦੇ ਅਨੇਕਾਂ ਮੇਲੇ ਟੋਰਾਂਟੋ ਵਿੱਚ ਵੇਖਣ ਨੂੰ ਮਿਲੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਮੁਟਿਆਰਾਂ ਨੇ ਇਹਨਾਂ ਮੇਲਿਆਂ ਵਿੱਚ ਸ਼ਿਰਕਤ ਕੀਤੀ। ਇੱਕ ਵਿਲੱਖਣ ਮੇਲਾ ਜੋ ਹਰ ਸਾਲ ਈਟੋਬੀਕੋ ਵਿੱਚ ਲਗਾਇਆ ਜਾਂਦਾ ਹੈ, ਮੇਲਾ ਬੀਬੀਆਂ ਦਾ, ਇਸ ਸਾਲ ਵੀ ਖੂਬ ਵਾਹ ਵਾਹ ਖੱਟਦਾ ਸਮਾਪਤ ਹੋਇਆ। ਇਸ ਮੇਲੇ ਦੀ ਖਾਸੀਅਤ ਇਹ ਹੁੰਦੀ ਹੈ ਕਿ ਇਸ ਮੇਲੇ ਵਿੱਚ ਬਜ਼ੁਰਗ ਬੀਬੀਆਂ ਦੀ ਬਹੁਤਾਂਤ ਹੁੰਦੀ ਹੈ। ਰੇਡੀਓ ਸਾਊਥ ਏਸ਼ੀਅਨ ਵਾਈਜ਼ ਅਤੇ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਵੱਲੋਂ ਇਹ 7ਵਾਂ ਮੇਲਾ ਕਰਵਾਇਆ ਗਿਆ। ਮੇਲੇ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਸ਼ੀਨਾ ਹੋਰਾਂ ਨੇ ਮੀਡੀਆ ਨਾਲ ਜਾਣਕਾਰੀ ਵੀ ਸਾਂਝੀ ਕੀਤੀ। ਬਜ਼ੁਰਗ ਮਾਤਾ, ਬੀਬੀਆਂ, ਮੇਰੀਆਂ ਭੈਣਾਂ, ਬੱਚੀਆਂ, ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਬੜੇ ਖੁਸ਼ੀਆਂ ਭਰੇ ਹੋ, ਸੁਭਾਗਾਂ ਭਰੇ ਕਿ ਤੁਸੀਂ ਅੱਜ ਆਪਣੇ ਨਾਂ ਦੇ ਅਤੇ ਬੀਬੀਆਂ ਦੇ ਨਾਂ ਦੇ ਉੱਤੇ ਬੀਬੀਆਂ ਦੇ ਮੇਲੇ ਵਿੱਚ ਪਹਿਲਾਂ ਦੀ ਤਰ੍ਹਾਂ ਅੱਜ 7ਵੀਂ ਵਾਰ ਫਿਰ ਇਕੱਠੇ ਹੋਏ ਹੋ। ਇਹ ਮੇਲਾ ਮੈਂ ਵੀ ਬਹੁਤ ਦੇਰ ਤੋਂ ਆਉਂਦਾ ਰਿਹਾ ਇਸ ਮੇਲੇ 'ਚ, ਬੇਸ਼ੱਕ ਹੁਣ ਥੋੜ੍ਹਾ MP ਬਣ ਕੇ, ਪਰ ਪਹਿਲਾਂ ਸੰਘਾ ਲਾਅ ਆਫਿਸ ਵੱਲੋਂ ਮੈਂ ਇੱਥੇ ਹਰ ਵਾਰ ਹਰ ਸਾਲ ਆਉਂਦਾ ਰਿਹਾ। ਬੀਬੀ ਤਰਲੋਚਨ ਕੌਰ, ਉਹਨਾਂ ਨੂੰ ਵੀ ਮੈਂ ਬਹੁਤ ਬਹੁਤ ਵਧਾਈ ਦਿੰਦਾ ਕਿ ਉਹਨਾਂ ਨੇ ਹਮੇਸ਼ਾ ਵੱਧ ਚੜ੍ਹ ਕੇ ਆਪਣਾ ਹਿੱਸਾ ਲੈਂਦੇ ਆ ਔਰ ਇੱਥੇ ਇਸ ਮੇਲੇ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕਰਦੇ ਆ। ਜੇ ਆਪਾਂ ਬਾਣੀ 'ਤੇ ਜਾਈਏ ਤਾਂ ਉਹਨਾਂ ਨੇ ਆਪਣੇ ਲੇਡੀਜ਼ ਨੂੰ, ਮਾਤਾਵਾਂ ਨੂੰ, ਭੈਣਾਂ ਨੂੰ, ਬੀਬੀਆਂ ਨੂੰ ਇੱਕ ਬਹੁਤ ਵੱਡਾ ਰੁਤਬਾ ਦਿੱਤਾ ਸੀ। ਬਹੁਤ ਬਹੁਤ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ, ਇਹ ਤੱਕ ਕਿ ਤਸੀਹਾ ਗਮ, ਇਹ ਤੱਕ ਕਿ ਤਸੀਹਾ ਗਮ ਦਾ ਕੰਧਾ ਵੀ ਬਾਦਲ ਹੋ, ਬੱਚਿਆਂ ਦੀ ਤੱਕ ਕੁਰਬਾਨੀ ਅੰਬਰਾਂ ਦੇ ਸ਼ਾਹੀ ਹੈਰਾਨੀ, ਇਹ ਤੱਕ ਕੇ ਤਸੀਹਾ ਗਮ ਦਾ ਕੰਧਾਂ ਵੀ ਪਾਗਲ ਹੋ ਗਈਆਂ, ਫਤਿਹ ਸਿੰਘ ਨੇ ਫਤਿਹ ਬੁਲਾਈ। ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ, ਰੁੱਤ ਮਸਤਾਨੀ ਵਿੱਚ ਚੜ੍ਹਦੀ ਜਵਾਨੀ ਵਿੱਚ ਕਿਸੇ ਨਾਲ ਦੱਸਣਾ ਜ਼ਰੂਰ ਚਾਹੀਦਾ, ਥੋੜਾ 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 ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਅੱਜ ਵੀ ਅੱਗੇ ਦੀ ਤਰ੍ਹਾਂ ਜਿੱਦਾਂ ਅੱਗੇ ਹਰ ਸਾਲ ਮਨਾਇਆ ਜਾਂਦਾ ਇੱਥੇ ਟੋਰਾਂਟੋ ਟਰੱਕ ਡਰਾਈਵਰ ਸਕੂਲ ਦੇ ਉੱਤੇ ਮੇਲਾ ਬੀਬੀਆਂ ਦਾ, ਉਹਦੇ ਵਿੱਚ ਬਹਾਜ਼ਰ ਭਰਨ ਹਾਜ਼ਰੀ ਭਰਨ ਆਇਆ ਮੈਂ, ਔਰ ਇਹ ਬੜਾ ਵਧੀਆ ਧੂਮਧਾਮ ਨਾਲ ਮੇਲਾ ਮਨਾਇਆ ਜਾਂਦਾ। ਬੀਬੀਆਂ ਬੜੀਆਂ ਰੌਣਕ ਦੇ ਨਾਲ ਰੌਣਕ ਪਾਉਂਦੀਆਂ ਇੱਥੇ ਆਪਣਾ ਕਰਦੀਆਂ, ਇਹਦੇ ਵਿੱਚ ਇਹ ਨਹੀਂ ਕਿ ਮੇਲਾ ਦੇਖਣ ਆਉਂਦੀਆਂ, ਇਹ ਆਪਣਾ ਵਿੱਚ ਆਪਣਾ ਯੋਗਦਾਨ ਵੀ ਪੂਰਾ ਹੁੰਦਾ। ਇਸੇ ਤਰ੍ਹਾਂ ਹੀ ਅਸੀਂ ਤਾਂ ਮੈਂ ਚਾਹੁੰਦੇ ਹਾਂ ਕਿ ਜਿੱਦਾਂ ਰਾਈਟ ਆਨਰੇਬਲ ਜਸਟਿਨ ਟਰੂਡੋ ਉਹਨਾਂ ਨੇ ਕਿਹਾ
ਲੇਡੀਜ਼ ਨੂੰ ਬਰਾਬਰ ਦਾ ਹਿੱਸਾ ਹੋਣਾ ਚਾਹੀਦਾ। ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਵੀ ਲੇਡੀਜ਼ ਨੂੰ 50% ਯੋਗਦਾਨ ਵਿੱਚ ਰੱਖਿਆ ਉਹਨਾਂ ਦਾ, ਔਰ ਇਹੀ ਕਾਰਨ ਆ ਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਫੈਮਲਿਸਟ ਕਿਹਾ ਜਾਂਦਾ। ਆਪਣਾ ਯੋਗਦਾਨ ਰੱਜ ਕੇ ਪਾਓ ਕਮਿਊਨਿਟੀ ਦੇ ਵਿੱਚ। ਮੈਂ ਲੇਡੀਜ਼ ਨੂੰ ਇਹੀ ਰਿਕੁਐਸਟ ਕਰੂੰਗਾ ਕਿ ਆਪਣੇ ਤੁਹਾਡੇ ਯੋਗਦਾਨ ਦੇ ਨਾਲ ਕੀ ਹੋਊਗਾ ਕਿ ਤੁਹਾਡੀ ਇੱਕ ਤਰੱਕੀ ਉੱਨਤੀ ਹੋਊਗੀ, ਇੱਕ ਤੁਸੀਂ ਸਾਰੇ ਕੈਨੇਡਾ ਦੀ ਉੱਨਤੀ ਕਰੋਗੇ। ਇਹ ਸਭ ਬਹੁਤ ਜ਼ਰੂਰੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਅਮਰਦੀਪ ਦੇਵਗਨ। ਅੱਜ ਇੱਥੇ ਓਨਟਾਰੀਓ ਦੇ ਵਿੱਚ, ਟੋਰਾਂਟੋ ਦੇ ਵਿੱਚ ਬੀਬੀਆਂ ਦਾ ਮੇਲਾ ਕਰਵਾਇਆ ਜਾ ਰਿਹਾ ਹੈ, ਜਿੱਥੇ ਬਹੁਤ ਜ਼ਿਆਦਾ ਲੋਕਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਬੜਾ ਲੋਕਾਂ ਦਾ ਇਕੱਠ ਹੈ ਇੱਥੇ, ਘੱਟੋ ਘੱਟ ਮਿਲਾ 400-500 ਦੇ ਨੇੜੇ ਲੋਕ ਜਿਹੜੇ ਹੁਣ ਤੱਕ ਪਹੁੰਚ ਚੁੱਕੇ ਆ। ਇਹ ਬੜਾ ਸੋਹਣਾ ਇੱਕ ਕਮਿਊਨਿਟੀ ਨੂੰ ਇਕੱਠਾ ਕਰਨ ਦਾ ਪ੍ਰੋਗਰਾਮ ਜਿਹੜਾ ਕੀਤਾ। ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਤਾਂ ਕਿ ਆਪਣੇ ਬੱਚਿਆਂ ਨੂੰ, ਆਪਣੀ ਅੱਗੇ ਜਨਰੇਸ਼ਨਾਂ ਨੂੰ ਪਤਾ ਲੱਗੇ ਕਿ ਆਪਣੀ ਪੰਜਾਬੀ ਕੀ ਚੀਜ਼ ਸੀਗੀ। ਸਤਿ ਸ਼੍ਰੀ ਅਕਾਲ ਜੀ। ਖੁਸ਼ੀ ਆ ਜੀ, ਸਾਨੂੰ ਪਰਿਵਾਰਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਆ। ਇਹ 7ਵਾਂ ਸਾਡਾ ਮੇਲਾ ਆ ਔਰ ਕਾਫੀ ਵੱਡੇ ਪੱਧਰ ਤੇ ਕਮਿਊਨਿਟੀ ਸਾਥ ਦਿੰਦੀ ਆ। ਯੂਨੀਕ ਮੇਲਾ ਸਾਡਾ, ਟੋਟਲੀ ਫ੍ਰੀ ਹੈ, ਖਾਣ ਪੀਣ ਦੇ ਖੁੱਲੇ ਪ੍ਰਬੰਧ ਨੇ, ਔਰ ਬਜ਼ੁਰਗ ਮਾਤਾਵਾਂ ਬਹੁਤ ਪਿਆਰ ਦਿੰਦੀਆਂ ਨੇ ਸਾਨੂੰ। ਐਕਚੁਅਲੀ ਇਹ ਆਸ਼ੀਰਵਾਦ ਹੀ ਹੈ ਇੱਕ, ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਬਸ ਕਿ ਸਭ ਮੀਡੀਆ ਦੇ ਵਿੱਚ ਜਿੰਨਾ ਵੀ ਸਾਨੂੰ ਸਾਥ ਮਿਲਦਾ ਆ ਇਸ ਮੇਲੇ ਨੂੰ ਪ੍ਰਮੋਟ ਕਰਨ ਲਈ, ਉਹਨਾਂ ਮੇਰਾ ਖਿਆਲ ਕਿਸੇ ਨੂੰ ਨਹੀਂ ਮਿਲਦਾ, ਕਿਉਂਕਿ ਇਹ ਯੂਨੀਕ ਮੇਲਾ ਆ, ਟੋਟਲੀ ਫ੍ਰੀ ਆ, ਬਜ਼ੁਰਗ ਮਾਤਾਵਾਂ ਨੂੰ ਡੈਡੀਕੇਟ ਆ। ਕਿਉਂਕਿ ਕਮਿਊਨਿਟੀ 'ਚ ਬਹੁਤ ਸਾਰੇ ਮੇਲੇ ਹੁੰਦੇ ਆ ਪਰ ਸੀਨੀਅਰ ਮਦਰ ਨੂੰ ਡੈਡੀਕੇਟ ਕੋਈ ਮੇਲਾ ਨਹੀਂ ਹੁੰਦਾ। ਅਸੀਂ ਤਾਂ ਹੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪ ਆਓ, ਆਪਣੀਆਂ ਬਜ਼ੁਰਗ ਮਾਤਾਵਾਂ ਨੂੰ ਜ਼ਰੂਰ ਸਾਡੇ ਨਾਲ ਇੱਥੇ ਮੇਲੇ 'ਚ ਲੈ ਕੇ ਆਓ। ਇਹ 7ਵਾਂ ਮੇਲਾ ਜੀ, ਇਸ ਸਾਲ 7ਵਾਂ ਹੀ ਕਰਾ ਰਹੇ ਹਾਂ। ਤੁਸੀਂ ਦੇਖ ਰਹੇ ਹੋ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦਾ ਸਾਰਾ ਪਰਿਵਾਰ, ਜਸਵਿੰਦਰ ਵੜੈਚ, ਭੈਣਜੀ ਤਰਲੋਚਨ ਅਤੇ ਸਾਡੇ ਰੇਡੀਓ ਸਾਊਥ ਏਸ਼ੀਅਨ ਵਾਇਸ ਅਤੇ ਸਾਡੀ ਸਮੁੱਚੀ ਟੀਮ, ਇਹਦੇ ਵਿੱਚ ਕਾਫੀ ਸਾਰੇ ਸਾਡੇ ਸਹਿਯੋਗੀ ਨੇ। ਸਹਿਯੋਗੀ ਇਸ ਕਰਕੇ ਜ਼ਰੂਰੀ ਆ ਕਿਉਂਕਿ ਇੰਨੇ ਵੱਡੇ ਪੱਧਰ 'ਤੇ 1.5-2 ਹਜ਼ਾਰ ਲੋਕਾਂ ਨੂੰ ਖਾਣਾ ਪੀਣਾ ਖਵਾਉਣਾ ਔਰ ਸਾਰਿਆਂ ਨੂੰ ਔਰਗੇਨਾਈਜ਼ ਕਰਨਾ ਕਾਫੀ ਔਖਾ ਹੁੰਦਾ। ਸੋ ਸਾਡੇ ਨੂੰ ਬਹੁਤ ਵੱਡੇ ਪੱਧਰ 'ਤੇ ਕਮਿਊਨਿਟੀ ਦਾ ਸਹਿਯੋਗ ਪ੍ਰਾਪਤ ਆ। ਸਾਰੇ ਬਿਜ਼ਨਸਮੈਨ, ਮੀਡੀਆ ਦਾ ਇਹਦੇ ਲਈ ਬਹੁਤ ਬਹੁਤ ਧੰਨਵਾਦ ਆ, ਜਿਹੜਾ ਸਾਡਾ ਆਵਾਜ਼ ਜਿਹੜੀ ਆ ਲੋਕਾਂ ਤੱਕ ਪਹੁੰਚਾਉਂਦੇ। ਮੈਂ ਅਵਤਾਰ ਕੌਰ ਗੁੱਬੀ ਤੁਹਾਨੂੰ ਦੱਸਣਾ ਚਾਹੁੰਦੀ ਹੈਗੀ ਹਾਂ ਕਿ ਇਹ 6-7 ਸਾਲਾਂ ਤੋਂ ਇੱਥੇ ਪ੍ਰੋਗਰਾਮ ਹੋ ਰਿਹਾ ਬੀਬੀਆਂ ਦਾ, ਮਦਰਸ ਡੇ ਔਰਤੀਆਂ ਦਾ ਇਕੱਠਾ ਮਨਾਉਂਦੇ ਹੈਗੇ ਨੇ। ਅਤੇ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਮਾਤਾਵਾਂ ਦਾ ਅਤੇ ਭੈਣਾਂ ਦਾ ਸਾਡੇ ਸਿੱਖੀ ਦੇ ਵਿੱਚ ਜਾਂ ਗੁਰਬਾਣੀ ਦੇ ਵਿੱਚ ਪਹਿਲੀਆਂ ਤੁਕਾਂ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈਗਾ, ਭੰਡ ਮੁਆ ਭੰਡ ਜੰਮੀਏ ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ। ਅਤੇ ਇਹਦੇ ਮੁਤਾਬਕ ਦੇਖੀਏ ਅੱਜ ਕੱਲ੍ਹ ਕਿੱਥੇ ਤੋਂ ਕਿੱਥੇ ਦੁਨੀਆ ਪਹੁੰਚ ਗਈ। ਅੱਜ ਕੱਲ੍ਹ ਤਾਂ ਬੀਬੀਆਂ ਨੂੰ ਖੂਬ ਵਧੀਆ ਸੀਟਾਂ ਮਿਲ ਗਈਆਂ ਨੇ ਜੀ, ਜਿਹੜੇ ਪਾਸੇ ਦੇਖੋ ਤੁਸੀਂ ਹਰ ਪਾਸੇ ਕਾਮਯਾਬ ਨੇ। ਅਤੇ ਬਾਕੀ ਤੀਆਂ ਦਾ ਮੇਲਾ ਜਿਹੜਾ ਪੰਜਾਬੀ ਸੱਭਿਆਚਾਰ ਨੂੰ, ਇਸ ਬੋਲੀ ਨੂੰ ਜਿੰਨਾ ਰੱਖਣ ਦੀ ਖਾਤਰ ਕੈਨੇਡਾ ਦੇ ਵਿੱਚ ਇਹ ਸਾਰੇ ਰਲ ਕੇ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ, ਜਿੱਦਾਂ ਕੁਲਵਿੰਦਰ ਸ਼ੀਨਾ ਹੋਰੀ ਔਰ ਜਸਵਿੰਦਰ ਬੜੈਚ ਹੋਰੀ ਸਾਰੇ ਬਹੁਤ ਮਿਹਨਤ ਦੇ ਨਾਲ ਇਹ ਕੰਮ ਕਰਦੇ ਨੇ। ਕਿੰਨੇ ਦਿਨਾਂ ਤੋਂ ਇਹਨਾਂ ਦੀਆਂ ਤਿਆਰੀਆਂ ਚੱਲਦੀਆਂ ਨੇ। ਇਹ ਪ੍ਰੋਗਰਾਮ ਬਿਲਕੁਲ ਫ੍ਰੀ ਹੈ, ਕੋਈ ਟਿਕਟ ਨਹੀਂ, ਖਾਣ ਪੀਣ ਦਾ ਖੁੱਲ੍ਹਾ ਇੰਤਜ਼ਾਮ ਕੀਤਾ ਜਾਂਦਾ ਅਤੇ ਜਿਹਦੇ ਨਾਲ ਕਿ ਸਾਰਿਆਂ ਨੂੰ ਬੜਾ ਚੰਗਾ ਲੱਗਦਾ ਔਰ ਮਾਤਾਵਾਂ ਨੂੰ ਚੰਗੇ ਚੰਗੇ ਇਨਾਮ ਦੇ ਕੇ ਰੇਡੀਓ ਸ਼ਾਲ ਔਰ ਸੋਨੇ ਦਾ ਵੀ ਤਗਮਾ ਦਿੱਤਾ ਜਾਂਦਾ ਹੈ, ਜਿਹੜੇ ਕਿ ਸਾਰਿਆਂ ਤੋਂ ਵੱਡੀ ਉਮਰ ਦੇ ਹੁੰਦੇ ਨੇ। ਅਤੇ ਇਸ ਲਈ ਇਹ ਪ੍ਰੋਗਰਾਮ ਬੜਾ ਹੀ ਕਾਮਯਾਬ ਹੈ। ਮੈਂ ਆਪਣੇ ਵੱਲੋਂ, ਜਿੰਨੇ ਵੀ ਇੱਥੇ ਭੈਣਾਂ ਵੀਰ ਆਏ ਨੇ, ਸਾਰਿਆਂ ਵੱਲੋਂ ਮੈਂ ਇਹ ਟੋਰਾਂਟੋ ਟਰੱਕ ਡਰਾਈਵਿੰਗ ਵਾਲਿਆਂ ਦਾ ਔਰ ਸ਼ੀਨਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ। ਸਾਰੇ ਸ਼ਰੋਤਿਆਂ ਨੂੰ ਚਰਨਜੀਤ ਢਿੱਲੋਂ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਥੇ ਟੋਰਾਂਟੋ ਟਰੈਕ ਡਰਾਈਵਿੰਗ ਸਕੂਲ ਅਤੇ ਰੇਡੀਓ ਸਾਊਥ ਏਸ਼ੀਅਨ ਵਾਇਸ ਦੇ ਸੰਪਰਕ ਨਾਲ ਜਿਹੜਾ ਇਹ ਬੀਬੀਆਂ ਦਾ 7ਵਾਂ ਮੇਲਾ ਕਰਾਇਆ ਜਾ ਰਿਹਾ, ਅਸੀਂ ਇੱਥੇ ਪਹੁੰਚੇ ਹਾਂ। ਬਹੁਤ ਰੌਣਕ ਲੱਗੀ ਹੋਈ ਹੈ, ਤੁਸੀਂ ਦੇਖ ਹੀ ਰਹੇ ਹੋ ਕਿ ਪੂਰਾ ਪੰਡਾਲ ਜਿਹੜਾ ਉਹ ਭਰਿਆ ਹੋਇਆ ਔਰ ਜਿਹੜੀਆਂ ਮਾਤਾਵਾਂ ਨੇ, ਭੈਣਾਂ, ਬੀਬੀਆਂ, ਬੱਚੀਆਂ, ਵੀਰ ਇਸ ਮੇਲੇ ਦਾ ਪੂਰਾ ਮਨੋਰੰਜਨ ਕਰ ਰਹੇ ਨੇ ਔਰ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਬਹੁਤ ਹੀ ਖੁਸ਼ੀਆਂ ਲੈ ਕੇ ਆਇਆ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਮੇਲਾ ਖੁਸ਼ੀਆਂ ਭਰਿਆ ਹਰ ਸਾਲ ਇਸੇ ਤਰ੍ਹਾਂ ਚੱਲਦਾ ਰਹੇ। ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਰਜਨੀ ਸ਼ਰਮਾ ਦੀ ਪਿਆਰ ਭਰੀ ਨਮਸਕਾਰ ਦਾ, ਸਤਿ ਸ਼੍ਰੀ ਅਕਾਲ। ਹਰ ਸਾਲ ਤਰ੍ਹਾਂ ਦੀ ਤਰ੍ਹਾਂ ਟੋਰਾਂਟੋ ਟਰੱਕ ਦੇ ਉੱਤੇ ਅੱਜ ਵੀ ਰੌਣਕਾਂ ਲੱਗੀਆਂ ਨੇ। ਸਾਰੇ ਹੀ ਵਧਾਈ ਦੇ ਪਾਤਰ ਹੈ ਜਸਵਿੰਦਰ ਬੜੈਚ ਹੋਣੀ, ਉਹਨਾਂ ਦੀ ਮੈਸੇਜ ਉਹ ਮਦਰ ਦੇ ਡੇ ਨੂੰ ਉਸ ਸਮਰਪਿਤ ਕਰਕੇ ਸਾਰਾ ਮੀਡੀਆ ਵੀ ਪੂਰੀ ਹੈਲਪ ਕਰਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਹਮੇਸ਼ਾ ਤੁਸੀਂ ਕਵਰੇਜ ਦਿੰਦੇ ਹੋ ਇਹਨਾਂ ਪ੍ਰੋਗਰਾਮਾਂ ਨੂੰ, ਭੈਣਾਂ ਸਾਰੀਆਂ ਆਨੰਦ ਮਾਣਦੀਆਂ ਨੇ, ਕੋਈ ਟਿਕਟ ਨਹੀਂ ਹੁੰਦੀ, ਫ੍ਰੀ ਦੇ ਮੇਲੇ ਇਹ, ਜ਼ਰੂਰ ਅੱਗੇ ਤੋਂ ਹੋਰ ਵੀ ਵੱਧ ਚੜ੍ਹ ਕੇ ਆਇਆ ਕਰੋ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਇੱਕ ਵਾਰੀ ਫਿਰ ਸਾਰਿਆਂ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਲਈ ਟੋਰਾਂਟੋ ਤੋਂ ਚਮਕੌਰ ਮਾਛੀਕੇ ਦੀ ਰਿਪੋਰਟ।